ਹੈਲੋ ਐਵਰੀਵਨ, ਵੈਲਕਮ ਟੂ ਦ ਸੈਸ਼ਨ। ਅੱਜ ਦੀ ਕਲਾਸ ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9ਵੀਂ ਕਲਾਸ ਦੀ ਮੈਥਸ ਦੀ ਕਿਤਾਬ ਤੇ ਉਹਦਾ ਸੈਕੰਡ ਚੈਪਟਰ ਪੋਲੀਨੋਮੀਅਲਸ ਤੇ ਅੱਜ ਚਰਚਾ ਕਰਾਂਗੇ ਸੈਕੰਡ ਐਕਸਰਸਾਈਜ਼ ਬਾਰੇ, ਐਕਸਰਸਾਈਜ਼ 2.2 ਬਾਰੇ। ਪਹਿਲਾ ਕੁਐਸਚਨ ਹੈ, ਫਾਈਂਡ ਦ ਵੈਲਿਊ ਆਫ ਦ ਪੋਲੀਨੋਮੀਅਲ ਦਿੱਤਾ ਹੋਇਆ। ਜੇ x ਦੀ ਵੈਲਿਊ 0 ਹੈ, ਫਿਰ x ਦੀ ਵੈਲਿਊ -1 ਤੇ ਫਿਰ x ਦੀ ਵੈਲਿਊ 2 ਪੁੱਟ ਕਰੋਗੇ ਕੀ ਆਨਸਰ ਆਏਗਾ। ਪਹਿਲਾਂ ਆਪਾਂ ਪੋਲੀਨੋਮੀਅਲ ਲਿਖਦੇ ਹਾਂ, 5x -4x ਦਾ ਸਕੁਆਇਰ +3। ਪਹਿਲੇ ਪਾਰਟ ਦੇ ਵਿੱਚ x ਦੀ ਵੈਲਿਊ 0 ਪੁੱਟ ਕਰ ਦਿਓ। 5 ਮਲਟੀਪਲਾਈਡ ਬਾਈ 0 -4, 0 ਦਾ ਸਕੁਆਇਰ +3, ਇਹੀ ਹੋਏਗਾ। ਕਿਸੇ ਵੀ ਨੰਬਰ ਨੂੰ 0 ਦੇ ਨਾਲ ਇਹਨੂੰ ਇੱਥੇ ਲਿਖ ਸਕਦੇ ਹੋ p 0। ਮਤਲਬ ਇਹ ਜਿਹੜੀ ਪੋਲੀਨੋਮੀਅਲ ਹੈ, ਇੱਥੇ ਵੇਰੀਏਬਲ ਦੀ ਵੈਲਿਊ 0 ਹੈ। ਕਿਸੇ ਵੀ ਨੰਬਰ ਨੂੰ 0 ਨਾਲ ਮਲਟੀਪਲਾਈ ਕੀਤਾ, ਉਹ ਕੀ ਹੋ ਗਿਆ ਤੁਹਾਡੇ ਕੋਲ 0। 0 ਦਾ ਸਕੁਆਇਰ ਵੀ ਲਓਗੇ ਤਾਂ ਕੀ ਆਏਗਾ 0, ਉਹਨੂੰ 4 ਨਾਲ ਮਲਟੀਪਲਾਈ ਕੀਤਾ ਫਿਰ ਵੀ 0 +3, ਯਾਨੀ ਇਹਦਾ ਆਨਸਰ ਆ ਗਿਆ 3। ਸੈਕਿੰਡ ਪਾਰਟ ਦੇ ਵਿੱਚ x ਦੀ ਵੈਲਿਊ ਕਹੀ ਹੈ -1 ਲੈਣੀ ਹੈ। ਹੁਣ ਧਿਆਨ ਨਾਲ ਪੋਲੀਨੋਮੀਅਲ -1 ਦੇ ਨਾਲ, 5 ਮਲਟੀਪਲਾਈਡ ਬਾਈ -1 -4 -1 ਦਾ ਸਕੁਆਇਰ +3। ਦੇਖੋ ਕਿਸੇ ਵੀ ਜੇ ਨੰਬਰ ਨੂੰ 2 ਵਾਰ -1 ਨੂੰ ਮਲਟੀਪਲਾਈ ਕਰਦੇ ਆ ਅੱਗੇ ਮਾਈਨਸ ਲੱਗਿਆ ਆਨਸਰ ਪਲੱਸ ਦੇ ਵਿੱਚ ਆਉਂਦਾ। ਜੇ ਪਲੱਸ ਪਲੱਸ ਨੂੰ ਮਲਟੀਪਲਾਈ ਕਰਦੇ ਆ ਪਲੱਸ ਦੇ ਵਿੱਚ, ਪਰ ਜੇ ਪਲੱਸ ਮਾਈਨਸ ਦਾ ਹੋਏ ਤਾਂ ਮਾਈਨਸ ਦੇ ਵਿੱਚ। ਹੁਣ ਦੇਖੋ ਇਹ ਪਲੱਸ ਦਾ ਇਹ ਮਾਈਨਸ ਦਾ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਨੇ, ਸਾਈਨ ਕਿਹੜਾ ਆ ਜਾਏਗਾ, ਇਹ ਆ ਜਾਏਗਾ -5। -4 ਇਦਾਂ ਦਾ ਇਦਾਂ, -1 ਨੂੰ -1 ਨਾਲ ਗੁਣਾ ਕੀਤਾ, -1 ਕੀ ਹੋ ਗਿਆ +1, ਨੂੰ 1 ਨਾਲ ਕੀਤਾ 1 +3, ਇਹ ਆ ਗਿਆ -5। -4 ਨੂੰ 1 ਦੇ ਨਾਲ ਮਲਟੀਪਲਾਈ ਕੀਤਾ, -4 ਆ ਗਿਆ +3। ਹੁਣ ਦੇਖੋ ਦੋ ਮਾਈਨਸ ਵਾਲੀਆਂ ਟਰਮਸ ਨੇ, ਮਾਈਨਸ ਮਾਈਨਸ ਐਡ ਹੁੰਦਾ, ਠੀਕ ਹੈ, ਐਡ ਕਰਦੇ ਆ ਆਪਾਂ। ਇਹ ਆ ਗਿਆ 5 + 4 9, ਪਰ ਸਾਈਨ ਜਿਹੜਾ ਵੱਡੇ ਨਾਲ ਹੈ ਉਹੀ ਆਏਗਾ ਮਾਈਨਸ ਦਾ ਸਾਈਨ +3। ਪਲੱਸ ਮਾਈਨਸ ਨੂੰ ਕੀ ਕਰਦੇ ਆ, ਮਾਈਨਸ ਕਰਦੇ ਆ, ਪਰ ਸਾਈਨ ਜਿਹੜਾ ਵੱਡੇ ਨਾਲ ਹੈ ਉਹੀ ਆਏਗਾ -6 ਆਨਸਰ। ਤੀਜੇ ਪਾਰਟ ਦੇ ਵਿੱਚ ਕੀ ਹੈ, p ਦੀ ਵੈਲਿਊ 2 ਲੈਣੀ ਹੈ ਪੋਲੀਨੋਮੀਅਲ ਮਤਲਬ ਵੇਰੀਏਬਲ ਦੀ। 5 ਮਲਟੀਪਲਾਈਡ ਬਾਈ 2 -4 ਮਲਟੀਪਲਾਈਡ ਬਾਈ 2 ਦਾ ਸਕੁਆਇਰ +3। 5 × 2 = 10 -4 ਮਲਟੀਪਲਾਈਡ ਬਾਈ 2 ਮਲਟੀਪਲਾਈਡ ਬਾਈ 2 ਕਿੰਨਾ ਹੋ ਗਿਆ 4। 4 ਮਲਟੀਪਲਾਈਡ ਬਾਈ 4 ਹੋ ਗਿਆ 16। ਹੁਣ ਪਹਿਲਾਂ ਇਹਨੂੰ ਸੋਲਵ ਕਰੋ, ਪਲੱਸ ਦਾ 10 ਹੈ, ਮਾਈਨਸ ਦਾ 16 ਹੈ, ਪਲੱਸ ਮਾਈਨਸ ਮਾਈਨਸ ਹੋਏਗਾ 6 ਆ ਗਿਆ, ਸਾਈਨ ਜਿਹੜਾ ਵੱਡੇ ਨਾਲ ਹੈ, ਪਲੱਸ ਮਾਈਨਸ ਮਾਈਨਸ ਹੋਏਗਾ, ਸਾਈਨ ਜਿਹੜਾ ਵੱਡੇ ਨਾਲ ਹੈ, ਇਹ ਆ ਗਿਆ ਜੀ ਆਨਸਰ। ਅੱਗੇ ਚੱਲਦੇ ਹਾਂ ਸੈਕਿੰਡ ਕੁਐਸਚਨ, ਫਾਈਂਡ p ਦੀ ਵੈਲਿਊ 0 ਫਿਰ 1 ਫਿਰ 2 ਪੁੱਟ ਕਰਕੇ ਇਹਦੇ ਵਿੱਚ ਵੈਲਿਊਜ਼ ਤੁਸੀਂ ਕੱਢ ਕੇ ਦੱਸਣੀ ਹੈ। ਚਲੋ ਸ਼ੁਰੂ ਕਰਦੇ ਹਾਂ। ਪੋਲੀਨੋਮੀਅਲ ਹੈਗਾ y² -y+1, ਪਹਿਲਾਂ p ਦੀ ਵੈਲਿਊ 0 ਪੁੱਟ ਕਰਦੇ ਹਾਂ। 0 ਦਾ ਸਕੁਆਇਰ -0 +1, 0 ਨੂੰ 2 ਵਾਰ ਮਲਟੀਪਲਾਈ ਕੀਤਾ 0 -0 +1, ਇਹ ਆ ਗਿਆ ਜੀ 1। ਹੁਣ p ਦੀ ਵੈਲਿਊ ਜਿਹੜੀ ਹੈ ਆਪਾਂ ਪੁੱਟ ਕਰਨੀ ਹੈ 1, ਇਹ ਆ ਗਿਆ 1 ਦਾ ਸਕੁਆਇਰ -1 +1, -1 +1 ਖਤਮ ਹੋ ਗਏ 0। 21 ਨੰਬਰ ਜੇ ਮਾਈਨਸ ਦੇ ਵਿੱਚ ਹੈ ਪਲੱਸ ਦੇ ਵਿੱਚ ਹੈ ਉਹ 0 ਆਏਗਾ ਆਨਸਰ। 1 ਦਾ ਸਕੁਆਇਰ 1, p ਦੀ ਵੈਲਿਊ 2 ਪੁੱਟ ਕਰੋ ਇੱਥੇ, 2 ਦਾ ਸਕੁਆਇਰ -2 +1,
2 ਦਾ ਸਕੁਆਇਰ ਹੋ ਗਿਆ 4 ਮਾਈਨਸ 2 ਪਲੱਸ 1 ਇਹ ਹੋ ਗਿਆ 4 ਦੇ ਵਿੱਚੋਂ 2 ਗਏ 2 ਪਲੱਸ 1 ਇਹ ਆ ਗਿਆ 3। ਬੀ ਪਾਰਟ ਪੋਲੀਨੋਮੀਅਲ ਦਿੱਤਾ ਹੋਇਆ ਹੈ ਜੀ ਤੁਹਾਨੂੰ 2 ਪਲੱਸ t ਪਲੱਸ 2 t ਦਾ ਸਕੁਆਇਰ ਮਾਈਨਸ t ਦਾ ਕਿਊਬ। ਪਹਿਲਾਂ 0 ਵੈਲਿਊ ਪੁੱਟ ਕਰੋ 2 ਪਲੱਸ 0 ਪਲੱਸ 2 0 ਦਾ ਸਕੁਆਇਰ ਪਲੱਸ 0 ਦਾ ਕਿਊਬ ਇਹੀ ਆਏਗਾ 2 ਪਲੱਸ 0 2 0 ਨੂੰ 2 ਦੇ ਨਾਲ ਮਲਟੀਪਲਾਈ ਕੀਤਾ 0 ਇਹ ਆ ਗਿਆ 0 ਆਨਸਰ ਆ ਗਿਆ 2। ਸਿੰਪਲ ਹੁਣ p ਦੀ ਵੈਲਿਊ ਮਤਲਬ ਇੱਥੇ 1 ਪੁੱਟ ਕਰਨੀ ਹੈ 2 ਪਲੱਸ 1 ਪਲੱਸ 2 1 ਦਾ ਸਕੁਆਇਰ ਮਾਈਨਸ 1 ਦਾ ਕਿਊਬ। 1 ਨੂੰ ਜਿੰਨੀ ਮਰਜ਼ੀ ਵਾਰ ਮਲਟੀਪਲਾਈ ਕਰ ਲਓ 1 ਹੀ ਰਹੇਗਾ 2 ਪਲੱਸ 1 3 ਪਲੱਸ 2 1 ਨੂੰ 3 ਵਾਰ ਵੀ ਮਲਟੀਪਲਾਈ ਕਰੋਗੇ 1 ਹੀ ਰਹੇਗਾ 3 ਪਲੱਸ 2 ਆ ਗਿਆ ਤੁਹਾਡੇ ਕੋਲ 5 ਮਾਈਨਸ 1 ਇਹ ਆ ਗਿਆ ਜੀ 4। ਹੁਣ p ਦੀ ਵੈਲਿਊ 2 ਪੁੱਟ ਕਰ ਦੋ ਇਹ ਆ ਗਿਆ 2 ਪਲੱਸ 2 ਪਲੱਸ 2 ਮਲਟੀਪਲਾਈ 2 ਦਾ ਸਕੁਆਇਰ 2 ਦਾ ਕਿਊਬ 2 ਪਲੱਸ 2 4 ਇੱਥੇ 2 ਮਲਟੀਪਲਾਈਡ ਬਾਈ 2 ਦਾ ਸਕੁਆਇਰ 2 2 ਆਰ 4 4 2 ਆਰ 8 ਮਾਈਨਸ 2 ਨੂੰ 3 ਵਾਰ ਮਲਟੀਪਲਾਈ ਕੀਤਾ ਉਹ ਵੀ 8 ਪਲੱਸ 8 ਮਾਈਨਸ 8 ਖਤਮ ਇੱਥੇ ਰਹਿ ਗਿਆ ਜੀ 4 ਆਨਸਰ। ਅੱਗੇ ਚੱਲਦੇ ਹਾਂ ਤੀਜੇ ਪਾਰਟ ਦੇ ਵਿੱਚ ਹੈਗਾ ਪੋਲੀਨੋਮੀਅਲ x ਦਾ ਕਿਊਬ। ਪਹਿਲਾਂ 0 ਵੈਲਿਊ ਪੁੱਟ ਕਰੋ 0 ਦਾ ਕਿਊਬ 0 1 ਦੀ ਵੈਲਿਊ ਪੁੱਟ ਕਰੋ 1 ਦਾ ਕਿਊਬ 1 2 ਵੈਲਿਊ ਪੁੱਟ ਕਰੋ 2 ਦਾ ਕਿਊਬ 8। ਅਗਲਾ ਪੋਲੀਨੋਮੀਅਲ ਹੈਗਾ x ਮਾਈਨਸ 1 x ਪਲੱਸ 1। ਪਹਿਲਾਂ p ਦੀ ਇਹਦੇ ਵਿੱਚ ਪੋਲੀਨੋਮੀਅਲ x ਦੀ ਥਾਂ ਤੇ 0 ਪੁੱਟ ਕਰੋ 0 ਮਾਈਨਸ 1 0 ਪਲੱਸ 1 ਇਹ ਆ ਗਿਆ ਮਾਈਨਸ 1 ਮਲਟੀਪਲਾਈਡ ਬਾਈ ਪਲੱਸ 1 ਮਲਟੀਪਲਾਈ ਕਰੋਗੇ ਇੱਕ ਪਲੱਸ ਦਾ ਇੱਕ ਮਾਈਨਸ ਦਾ ਸਾਈਨ ਆਏਗਾ। p ਦੀ ਵੈਲਿਊ 1 ਪੁੱਟ ਕਰੋ 1 ਮਾਈਨਸ 1 1 ਪਲੱਸ 1 ਬ੍ਰੈਕਟ ਸੋਲਵ ਕਰੋ 1 ਦੇ ਵਿੱਚੋਂ 1 ਗਿਆ 0 1 ਪਲੱਸ 1 2 ਹੁਣ ਆਪਸ ਦੇ ਵਿੱਚ ਮਲਟੀਪਲਾਈ ਹੋ ਰਹੇ ਕਿਸੇ ਵੀ ਨੰਬਰ ਨੂੰ 0 ਨਾਲ ਮਲਟੀਪਲਾਈ ਕਰੋਗੇ 0 ਹੀ ਆਏਗਾ। ਹੁਣ p ਦੀ ਵੈਲਿਊ 2 ਪੁੱਟ ਕਰੋ 2 ਮਾਈਨਸ 1 2 ਪਲੱਸ 1 1 ਮਲਟੀਪਲਾਈਡ ਬਾਈ 3 ਇਹ ਆ ਗਿਆ ਜੀ ਤੁਹਾਡਾ 3। ਅੱਗੇ ਚੱਲਦੇ ਹਾਂ ਤੀਜਾ ਕੁਐਸਚਨ ਵੈਰੀਫਾਈ ਵੈਦਰ ਦ ਫੋਲੋਇੰਗ ਆਰ ਜ਼ੀਰੋਜ਼ ਆਫ ਦ ਪੋਲੀਨੋਮੀਅਲ ਇੰਡੀਕੇਟਡ ਅਗੇਂਸਟ ਦੈਮ। ਮਤਲਬ ਇੱਥੇ ਜਿਹੜੀ ਵੈਲਿਊ ਪੁੱਟ ਕੀਤੀ ਗਈ ਹੈ ਇਹ ਵੈਲਿਊ ਤੁਸੀਂ ਪੁੱਟ ਕਰਕੇ ਦੇਖ ਲਈ ਜੇ ਤਾਂ 0 ਆਂਦਾ ਫਿਰ ਤਾਂ ਤੁਸੀਂ ਕਹੋਗੇ ਹਾਂਜੀ ਇਹ 0 ਹੈਗਾ ਪੋਲੀਨੋਮੀਅਲ ਦਾ, ਜੇ ਨਹੀਂ ਆਂਦਾ ਫਿਰ ਤੁਸੀਂ ਕਹੋਗੇ ਨਹੀਂ ਜੇ ਆਨਸਰ 0 ਨਹੀਂ ਆਂਦਾ। ਚਲੋ ਟਰਾਈ ਕਰਦੇ ਹਾਂ। ਪਹਿਲਾ ਹੈਗਾ ਪੋਲੀਨੋਮੀਅਲ ਦਿੱਤਾ ਹੋਇਆ 3x ਪਲੱਸ 1 ਇਹਦੇ ਵਿੱਚ x ਦੀ ਵੈਲਿਊ ਮਾਈਨਸ 1 ਬਾਈ 3 ਪੁੱਟ ਕਰਨੀ ਹੈ। ਚਲੋ ਕਰਦੇ ਹਾਂ 3 ਮਲਟੀਪਲਾਈਡ ਬਾਈ ਮਾਈਨਸ 1 ਬਾਈ 3 ਪਲੱਸ 1 ਮਲਟੀਪਲਾਈ ਕਰ ਦੋ ਮਾਈਨਸ ਦਾ ਸਾਈਨ ਇੱਦਾਂ ਦਾ ਇੱਦਾਂ 3 ਬਟਾ 3 ਪਲੱਸ 1 ਮਾਈਨਸ 1 ਪਲੱਸ 1 ਇਹ ਆ ਗਿਆ 0 ਤੇ ਆਪਾਂ ਕਹਾਂਗੇ ਹਾਂਜੀ ਮਾਈਨਸ 1 ਬਾਈ 3 ਇਜ਼ ਅ 0 ਆਫ ਪੋਲੀਨੋਮੀਅਲ ਏ ਵਾਲਾ। ਉਵੇਂ ਹੀ ਬੀ ਪਾਰਟ ਜਿਹੜਾ ਹੈਗਾ ਇਹਨੂੰ ਸੋਲਵ ਕਰਦੇ ਹਾਂ। ਬੀ ਪਾਰਟ ਦੇ ਵਿੱਚ ਹੈਗਾ ਪੋਲੀਨੋਮੀਅਲ 5x ਮਾਈਨਸ ਪਾਈ
x ਦੀ ਵੈਲਿਊ ਤੁਸੀਂ ਪੁੱਟ ਕਰਨੀ ਹੈ ਇੱਥੇ 4/5। 5 ਮਲਟੀਪਲਾਈਡ ਬਾਈ 4/5 ਮਾਈਨਸ 5 ਮਾਈਨਸ ਪਾਈ, ਇਹ ਆ ਗਿਆ 4 ਮਾਈਨਸ ਪਾਈ, ਯਾਨੀ ਇਹ 0 ਦੇ ਬਰਾਬਰ ਤਾਂ ਨਹੀਂ ਹੈ, ਤੇ ਆਪਾਂ ਕਹਾਂਗੇ 4/5 ਇਜ਼ ਨਾਟ ਅ 0 ਆਫ ਦ ਪੋਲੀਨੋਮੀਅਲ ਸੀ ਪਾਰਟ। ਪੀ ਐਕਸ ਇਜ਼ ਇਕੁਅਲ ਟੂ ਪੋਲੀਨੋਮੀਅਲ ਏ ਹੈਗਾ, ਇਹਦੇ ਵਿੱਚ ਦੋ ਵੈਲਿਊਜ਼ ਦਿੱਤੀਆਂ ਹੋਈਆਂ, ਇੱਕ ਐਕਸ 1 ਪੁੱਟ ਕਰਨਾ, ਫਿਰ ਐਕਸ ਦੀ ਵੈਲਿਊ ਮਾਈਨਸ 1 ਪੁੱਟ ਕਰਨੀ ਹੈ। ਪਹਿਲਾਂ 1 ਪੁੱਟ ਕਰਦੇ ਹਾਂ, 1 ਦਾ ਸਕੁਆਇਰ ਮਾਈਨਸ 1, 1 ਮਾਈਨਸ 1 0, ਇਹ ਤਾਂ ਹੈਗਾ। ਮਾਈਨਸ 1 ਪੁੱਟ ਕਰਦੇ ਹਾਂ, ਮਾਈਨਸ 1 ਦਾ ਸਕੁਆਇਰ ਮਾਈਨਸ 1, ਮਾਈਨਸ 1 ਨੂੰ ਦੋ ਵਾਰ ਮਲਟੀਪਲਾਈ ਕੀਤਾ, ਪਲੱਸ ਦਾ ਸਾਈਨ ਆ ਗਿਆ 1 ਮਾਈਨਸ 1, ਇਹ ਵੀ 0, ਤੇ ਆਪਾਂ ਕਹਾਂਗੇ ਮਾਈਨਸ 1 ਐਂਡ 1 ਬੋਥ ਆਰ ਜ਼ੀਰੋਜ਼ ਆਫ ਪੋਲੀਨੋਮੀਅਲ ਠੀਕ ਹੈ। ਡੀ ਪਾਰਟ, ਪੀ ਐਕਸ ਪੋਲੀਨੋਮੀਅਲ ਦੀ ਵੈਲਿਊ ਐਕਸ ਪਲੱਸ 1 ਹੈ, ਐਕਸ ਮਾਈਨਸ 2 ਹੈ, ਇਹਦੇ ਵਿੱਚ ਇੱਕ ਵਾਰ ਮਾਈਨਸ 1 ਪੁੱਟ ਕਰਨਾ, ਇੱਕ ਵਾਰ 2। ਪਹਿਲਾਂ ਮਾਈਨਸ 1 ਪੁੱਟ ਕਰਦੇ ਹਾਂ, ਮਾਈਨਸ 1 ਪਲੱਸ 1 ਮਾਈਨਸ 1 ਮਾਈਨਸ 2, ਮਾਈਨਸ ਮਾਈਨਸ, ਇੱਕ ਮਾਈਨਸ ਦਾ ਸਾਈਨ ਹੈ, ਇੱਕ ਪਲੱਸ ਦਾ, ਪਲੱਸ ਮਾਈਨਸ ਕੀ ਹੁੰਦਾ, ਮਾਈਨਸ, ਉੜ ਗਿਆ ਜੀ 0 ਆ ਗਿਆ। ਮਾਈਨਸ ਮਾਈਨਸ ਕੀ ਹੁੰਦਾ, ਪਲੱਸ ਸਾਈਨ ਜਿਹੜਾ ਵੱਡੇ ਨਾਲ, ਜ਼ੀਰੋ ਨੂੰ ਕਿਸੇ ਵੀ ਨੰਬਰ ਨਾਲ ਮਲਟੀਪਲਾਈ ਕਰੂੰਗੀ ਆਏਗਾ ਤਾਂ 0 ਹੀ ਨਾ, ਤਾਂ ਮਾਈਨਸ 1 ਤਾਂ ਹੋ ਗਿਆ 0। ਹੁਣ ਆਪਾਂ ਵੈਲਿਊ ਜਿਹੜੀ ਹੈਗੀ ਹੈ ਇਹਦੇ ਵਿੱਚ ਪੁੱਟ ਕਰਦੇ ਹਾਂ 2 ਦੀ, 2 ਪਲੱਸ 1 2 ਮਾਈਨਸ 2, ਇਹ ਹੋ ਗਿਆ 3, ਇਹ ਹੋ ਗਿਆ 0 0, ਤੇ ਆਪਾਂ ਕਹਾਂਗੇ ਦੋਨੋਂ ਹੀ ਜ਼ੀਰੋਜ਼ ਹੈਗੇ ਨੇ। ਮਾਈਨਸ 1 ਐਂਡ 2 ਬੋਥ ਆਰ ਜ਼ੀਰੋਜ਼ ਆਫ ਪੋਲੀਨੋਮੀਅਲ ਉਵੇਂ ਹੀ। ਪੰਜਵਾਂ ਪਾਰਟ, ਪੀ ਐਕਸ ਇਜ਼ ਇਕੁਅਲ ਟੂ ਐਕਸ ਸਕੁਆਇਰ, ਐਕਸ ਦੀ ਵੈਲਿਊ 0 ਦਿੱਤੀ ਹੋਈ ਹੈ, ਆ ਲਓ 0 ਪੁੱਟ ਕਰ ਲਓ, 0 ਦਾ ਸਕੁਆਇਰ 0 ਹੀ ਹੁੰਦਾ, ਤਾਂ ਆਪਾਂ ਕਹਾਂਗੇ 0 ਇਜ਼ ਅ 0 ਆਫ ਪੋਲੀਨੋਮੀਅਲ। ਅੱਗੇ ਹੈ 6th ਪਾਰਟ ਦੇ ਵਿੱਚ, ਪੋਲੀਨੋਮੀਅਲ ਐਲ ਐਕਸ ਪਲੱਸ ਐਮ, ਤੇ ਐਕਸ ਦੀ ਵੈਲਿਊ ਦਿੱਤੀ ਹੋਈ ਹੈ ਮਾਈਨਸ ਐਮ ਬਾਈ ਐਲ। ਚਲੋ ਐਲ ਮਲਟੀਪਲਾਈਡ ਬਾਈ ਮਾਈਨਸ ਐਮ ਬਾਈ ਐਲ, ਪਲੱਸ ਐਮ ਐਲ ਨਾਲ ਐਲ ਗਿਆ, ਮਾਈਨਸ ਐਮ ਪਲੱਸ ਐਮ ਬਚ ਗਿਆ, 0 ਆ ਗਿਆ, ਤੇ ਆਪਾਂ ਕਹਿ ਸਕਦੇ ਹਾਂ ਮਾਈਨਸ ਐਮ ਬਾਈ ਐਲ ਇਜ਼ ਅ 0 ਆਫ ਪੋਲੀਨੋਮੀਅਲ ਜੋ ਸਾਨੂੰ ਦਿੱਤਾ ਹੋਇਆ। 7th ਪਾਰਟ ਦੇ ਵਿੱਚ ਪੋਲੀਨੋਮੀਅਲ ਦਿੱਤਾ ਹੋਇਆ 3x ਸਕੁਆਇਰ ਮਾਈਨਸ 1, ਐਕਸ ਦੀ ਵੈਲਿਊ ਪਹਿਲਾਂ ਤੁਸੀਂ ਪੁੱਟ ਕਰਨੀ ਹੈ ਮਾਈਨਸ 1 ਬਾਈ 3, ਫਿਰ 2 ਬਾਈ 3, ਸੋਰੀ ਅੰਡਰ ਰੂਟ 3, ਪਹਿਲਾਂ ਮਾਈਨਸ 1 ਬਾਈ ਅੰਡਰ ਰੂਟ 3 ਪੁੱਟ ਕਰਦੇ ਹਾਂ, ਇਹ ਆ ਗਿਆ ਏਦਾਂ। ਹੁਣ ਇਹਨੂੰ ਦੋ ਵਾਰ ਮਲਟੀਪਲਾਈ ਕਰੂੰਗੇ ਕੀ ਆਏਗਾ, ਮਾਈਨਸ ਨਾਲ ਮਾਈਨਸ ਉੱਡ ਗਿਆ, ਪਲੱਸ 1 ਮਲਟੀਪਲਾਈਡ ਬਾਈ 1 1, ਅੰਡਰ ਰੂਟ 3 ਨੂੰ ਦੋ ਵਾਰ ਮਲਟੀਪਲਾਈ ਕੀਤਾ 3 ਆ ਗਿਆ, ਮਾਈਨਸ 1 ਏਦਾਂ ਦਾ ਏਦਾਂ, ਇਹ ਬਚ ਗਿਆ 1 ਮਾਈਨਸ 1 0, ਇਹ ਤਾਂ ਸੋਲਵ ਹੋ ਗਿਆ। ਹੁਣ ਵੈਲਿਊ ਪੁੱਟ ਕਰਦੇ ਹਾਂ
2 by under root 3. Eda square. 2 2s are ki ho gaya? 4. Under root 3 da 3 aa gaya minus 1. 4 minus 1 aa gaya 3. A 0 nahi hai, yani A wala 0 hai sirf. Hai na? Te main itthe likhangi minus 1 by under root 3 is a 0 of polynomial. ਤੇ ਦੂਜੇ ਵਾਲਾ ਨਹੀਂ ਆਏਗਾ। ਉਵੇਂ ਹੀ ਅਗਲਾ ਪਾਰਟ 8ਵਾਂ ਪੋਲੀਨੋਮੀਅਲ ਦਿੱਤਾ ਹੋਇਆ ਹੈ, x ਦੀ ਵੈਲਿਊ ਪੁੱਟ ਕਰਨੀ ਹੈ 1/2। ਟੂ ਨਾਲ ਟੂੜ ਗਿਆ, 1 ਬਚ ਗਿਆ, 1 ਪਲੱਸ 1 ਇਹ ਆ ਰਿਹਾ 2। 0 ਤਾਂ ਨਹੀਂ ਆ ਰਿਹਾ ਨਾ ਇਸ ਕੇਸ ਦੇ ਵਿੱਚ, ਤੇ ਆਪਾਂ ਕਹਾਂਗੇ 1/2 ਇਸ ਨਾਟ ਅ 0 ਆਫ ਪੋਲੀਨੋਮੀਅਲ ਜਿਹੜਾ ਸਾਨੂੰ ਦਿੱਤਾ ਹੋਇਆ। ਈਜ਼ੀ ਹੋ ਗਿਆ ਸੋਲਵ ਕਰਨਾ, ਜੇ 0 ਆ ਰਿਹਾ 0 ਹੈਗਾ, ਨਹੀਂ ਆ ਰਿਹਾ ਤਾਂ ਨਹੀਂ ਹੈ। ਅੱਗੇ ਫਾਈਂਡ ਦਾ 0 ਆਫ ਦਾ ਪੋਲੀਨੋਮੀਅਲ, ਹੁਣ ਆਪਾਂ ਇਹ ਕੱਟ ਕੇ ਦੱਸਣਾ ਵੀ 0 ਕਦ ਆਏਗਾ ਉਹ ਦੱਸਣਾ। ਚਲੋ ਇਹਨੂੰ ਸੋਲਵ ਕਰਨ ਦਾ ਤਰੀਕਾ ਕੀ ਹੈ, ਪੋਲੀਨੋਮੀਅਲ ਹੈਗਾ x is equal to 5। ਸਭ ਤੋਂ ਪਹਿਲਾਂ ਜਿਹੜਾ ਜਦ ਆਪਾਂ ਇਹਨੂੰ ਸੋਲਵ ਕਰਦੇ ਹਾਂ ਤਾਂ ਉਸ ਕੇਸ ਦੇ ਵਿੱਚ ਇਦਾਂ ਲੈ ਕੇ ਚੱਲਣਾ ਪੀ ਐਕਸ ਇਕੁਅਲ ਟੂ 0, ਕਹਿਣ ਦਾ ਮਤਲਬ ਇਹ ਇਕੁਏਸ਼ਨ 0 ਦੇ ਬਰਾਬਰ ਰੱਖ ਦੋ। ਹੁਣ ਐਕਸ ਦੀ ਵੈਲਿਊ ਕੱਢਣ ਲਈ 5 ਇਧਰੋਂ ਇਧਰ ਜਾਏਗਾ, ਇਹ ਕੀ ਆ ਜਾਏਗੀ ਮਾਈਨਸ 5। ਕਹਿਣ ਦਾ ਮਤਲਬ ਜਿਹੜਾ ਐਕਸ, ਜੇ ਤੁਸੀਂ ਮਾਈਨਸ 5 ਪੁੱਟ ਕਰੋਗੇ, ਮਾਈਨਸ 5 ਪਲੱਸ 5 0 ਆ ਗਿਆ, ਇਹ ਆ ਗਿਆ ਮਾਈਨਸ 5 ਇਸ ਦਾ 0 ਆਫ ਪੋਲੀਨੋਮੀਅਲ। ਬਸ ਇਹ ਜਿਹੜਾ ਵੀ ਦਿੱਤਾ ਉਹਨੂੰ 0 ਦੇ ਬਰਾਬਰ ਰੱਖ ਕੇ ਸੋਲਵ ਕਰ ਲਓ। ਦੂਜਾ ਪਾਰਟ ਹੈਗਾ ਏ ਵਾਲਾ, 0 ਫਾਈਂਡ ਕਰਨ ਲਈ ਇਹਨੂੰ 0 ਦੇ ਬਰਾਬਰ ਰੱਖਣਾ ਪਏਗਾ, 5 ਇੱਧਰ ਚਲਾ ਜਾਏਗਾ, ਪਲੱਸ ਦਾ ਹੋ ਜਾਏਗਾ, ਤਾਂ ਆਪਾਂ ਕਹਾਂਗੇ 5 ਇਸ ਦਾ x ਦੀ ਵੈਲਿਊ ਆ ਗਈ ਨਾ 0 ਆਫ ਪੋਲੀਨੋਮੀਅਲ। ਤੀਜਾ 0 ਫਾਈਂਡ ਕਰਨ ਲਈ ਇਹਨੂੰ 0 ਦੇ ਬਰਾਬਰ ਰੱਖਣਾ ਪਏਗਾ, ਕਿਵੇਂ ਸੋਲਵ ਕਰਦੇ ਆ, ਪਹਿਲਾਂ 5 ਨੂੰ ਉਧਰ ਭੇਜੋ, ਮਾਈਨਸ ਦਾ ਹੋ ਜਾਏਗਾ ਇੱਥੇ, ਪਲੱਸ ਦਾ ਉੱਥੇ ਜਾ ਕੇ ਮਾਈਨਸ ਦਾ। ਦੇਖੋ ਇਕੁਅਲ ਟੂ ਦੇ ਇੱਧਰ ਜਿਹੜੀ ਚੀਜ਼ ਪਲੱਸ ਦੀ ਹੈ ਉੱਥੇ ਜਾ ਕੇ ਮਾਈਨਸ ਦੀ, ਜੇ ਇੱਥੇ ਮਾਈਨਸ ਦੀ ਹੈ ਉੱਥੇ ਜਾ ਕੇ ਪਲੱਸ ਦੀ, ਜੇ ਇੱਥੇ ਡਿਵਾਈਡ ਦੀ ਹੈ ਉੱਥੇ ਜਾ ਕੇ ਮਲਟੀਪਲਾਈ ਦੀ, ਇੱਥੇ ਮਲਟੀਪਲਾਈ ਦੀ ਹੈ ਦੂਜੇ ਪਾਸੇ ਜਾ ਕੇ ਡਿਵਾਈਡ ਦੀ, ਇਹ ਯਾਦ ਰੱਖਿਓ। ਹੁਣ ਇੱਥੇ 2 ਮਲਟੀਪਲਾਈ ਦਾ, ਇੱਥੇ ਜਾ ਕੇ ਕੀ ਹੋ ਜਾਏਗਾ ਡਿਵਾਈਡ, ਇਹ ਆ ਗਿਆ ਜੀ ਤੁਹਾਡਾ ਆਨਸਰ। 0 ਕੀ ਹੈ, ਮਾਈਨਸ 5 ਬਾਏ 2 ਵੈਲਿਊ ਪੁੱਟ ਕਰੋਗੇ ਤਾਂ ਆਨਸਰ 0 ਆਏਗਾ, ਤੇ ਆਪਾਂ ਲਿਖਿਆ ਮਾਈਨਸ 5 ਬਾਏ 2 ਇਸ ਦਾ 0 ਆਫ ਪੋਲੀਨੋਮੀਅਲ। ਅੱਗੇ ਚੱਲਦੇ ਹਾਂ, ਇਹਦੇ ਵਿੱਚ 0 ਫਾਈਂਡ ਕਰਨ ਲਈ ਇਹਨੂੰ 0 ਦੇ ਬਰਾਬਰ ਰੱਖ ਦਿਓ, 2 ਪਹਿਲਾਂ ਉੱਧਰ ਜਾਏਗਾ ਪਲੱਸ ਦਾ ਹੋ ਜਾਏਗਾ, ਇਹ ਮਲਟੀਪਲਾਈ ਦਾ ਹੈ, 3 ਉੱਥੇ ਜਾ ਕੇ ਕਿਹਦਾ ਹੋ ਜਾਏਗਾ ਡਿਵਾਈਡ ਦਾ, ਤੇ ਆਪਾਂ ਕਹਾਂਗੇ 2/3 ਇਸ ਦਾ 0 ਆਫ ਦੀ ਪੋਲੀਨੋਮੀਅਲ।
ਕਿਹੜਾ ਸੀ ਪੀ ਐਕਸ ਇਜ ਇਕੁਅਲ ਟੂ 3x ਮਾਈਨਸ 2। ਪੰਜਵਾਂ ਪੋਲੀਨੋਮੀਅਲ ਹੈਗਾ ਜੀ 3x, ਪੀ ਐਕਸ ਨੂੰ 0 ਦੇ ਬਰਾਬਰ ਰੱਖੋ, 3x ਨੂੰ 0 ਦੇ ਬਰਾਬਰ, ਉੱਥੇ ਜਾ ਕੇ ਡਿਵਾਈਡ ਹੋ ਜਾਏਗਾ, ਆਨਸਰ 0 ਆ ਜਾਏਗਾ ਤੇ ਇਹਦੇ ਵਿੱਚ 0 ਹੀ ਹੈ। 0 ਹੀ 0 ਹੈ ਆਫ ਪੋਲੀਨੋਮੀਅਲ ਜੋ ਸਾਨੂੰ ਦਿੱਤਾ ਹੋਇਆ ਹੈ। ਛੇਵੇਂ ਕੁਐਸਚਨ ਦੇ ਵਿੱਚ ਇਹ ਦਿੱਤਾ ਹੈ ਜਿੱਥੇ ਦੱਸਿਆ ਗਿਆ ਵੀ ਏ ਜਿਹੜਾ ਉਹ 0 ਦੇ ਬਰਾਬਰ ਨਹੀਂ ਹੈ। ਇਕੁਏਸ਼ਨ ਨੂੰ 0 ਦੇ ਬਰਾਬਰ ਰੱਖ ਲਈਏ, ਇਹ ਆ ਗਿਆ 0 ਬਟਾ ਏ, ਕਿਉਂਕਿ ਪੀ ਬਾਈ ਕਿਊ ਫਾਰਮ ਦੇ ਵਿੱਚ ਕਿਊ ਜਿਹੜਾ ਹੈ ਰੈਸ਼ਨਲ ਨੰਬਰ ਜੇ ਬਣਦਾ ਹੈ, ਕਿਊ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਪਹਿਲਾਂ ਹੀ ਕਹਿਤਾ ਵੀ ਇਹ 0 ਦੇ ਬਰਾਬਰ ਨਹੀਂ ਹੈਗਾ, ਤੇ ਆਪਾਂ ਕਿਉਂਕਿ ਇੱਥੇ ਜਦ ਕਿਸੇ ਵੀ ਚੀਜ਼ ਦੇ ਵਿੱਚ ਡਿਵਾਈਡ ਕਰ ਰਹੇ ਹਾਂ ਤੇ ਆਨਸਰ ਦੇ ਵਿੱਚ ਤਾਂ ਸਾਨੂੰ 0 ਹੀ ਆਏਗਾ ਨਾ, ਤੇ ਆਪਾਂ ਕਹਾਂਗੇ 0 ਇਜ਼ ਦ 0 ਆਫ ਪੋਲੀਨੋਮੀਅਲ। ਅੱਗੇ ਚੱਲਦੇ ਹਾਂ ਸੱਤਵਾਂ ਪਾਠ, ਪੀ ਐਕਸ ਇਜ ਇਕੁਅਲ ਟੂ ਸੀ ਐਕਸ ਪਲੱਸ ਡੀ। ਸੀ ਵੀ 0 ਦੇ ਬਰਾਬਰ ਨਹੀਂ ਹੈ ਤੇ ਸੀ ਤੇ ਡੀ ਉਹਨਾਂ ਨੇ ਕਿਹਾ ਵੀ ਇਹ ਰੀਅਲ ਨੰਬਰਸ ਨੇ, ਹੁਣ ਸੋਲਵ ਕਿਵੇਂ ਕਰਨਾ ਹੈ। ਇਸ ਕੇਸ ਦੇ ਵਿੱਚ ਤੁਸੀਂ ਪੀ ਐਕਸ ਨੂੰ 0 ਦੇ ਬਰਾਬਰ ਰੱਖੋਗੇ, ਸੀ ਐਕਸ ਪਲੱਸ ਡੀ ਨੂੰ 0 ਦੇ ਬਰਾਬਰ, ਏ ਡੀ ਉੱਧਰ ਚਲਾ ਜਾਏਗਾ ਮਾਈਨਸ ਦਾ ਹੋ ਜਾਏਗਾ, ਸੀ ਇੱਥੇ ਮਲਟੀਪਲਾਈ ਦਾ ਉੱਥੇ ਜਾ ਕੇ ਕੀ ਦਾ ਹੋ ਜਾਏਗਾ ਡਿਵਾਈਡ ਦਾ ਹੋ ਜਾਏਗਾ, ਤੇ ਆਪਾਂ ਕਹਾਂਗੇ ਮਾਈਨਸ ਡੀ ਬਾਈ ਸੀ ਜਿਹੜਾ ਹੈ ਇਜ਼ ਦ 0 ਆਫ, ਇਹੀ 0 ਹੈ, ਮਾਈਨਸ ਦਾ ਸਾਈਨ ਧਿਆਨ ਨਾਲ ਲਾਇਓ। ਇਹ ਸੀ ਅੱਜ ਦੀ ਕਲਾਸ, ਮੈਂ ਉਮੀਦ ਕਰਦੀ ਹਾਂ ਚੰਗੀ ਤਰ੍ਹਾਂ ਤੁਹਾਨੂੰ ਸੋਲਵ ਕਰਨਾ ਆ ਗਿਆ ਹੋਏਗਾ। ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।